25 ਸਕੂਲ ਤੋਂ ਲੈ ਕੇ ਘਰੇ ਜਾ ਰਹੇ ਸੀ, ਮਗਰੋਂ ਟਰੱਕ ਵਾਲੇ ਦੀ ਸ਼ਰਾਬ ਪੀਤੀ ਸੀ, ਉਹਨੇ ਲਿਆ ਕੇ ਮਗਰੋਂ ਟਰੱਕ ਮਾਰਿਆ। ਇਹ ਸਕੂਲ ਤੇ ਵੀ ਪਰਚਾ ਹੋਣਾ ਚਾਹੀਦਾ ਹੈ, ਹਰੇਕ ਵਾਰੀ ਇਹਨਾਂ ਨੇ ਕਿੰਨੇ ਬੱਚੇ ਮਰਾਏ, ਇੰਨੀਆਂ ਫੀਸਾਂ ਲੈਂਦੇ ਨੇ, ਇੰਨਾ ਇਹਨਾਂ ਕੋਲ ਸਟਾਫ, ਇਹਨਾਂ ਦਾ ਇਹ ਫਰਜ਼ ਨਹੀਂ ਬਣਦਾ ਵੀ ਇਹ ਤੇ 2-4 ਵੀ ਇਹਨਾਂ ਦੇ ਜਿਹੜੇ ਚੌਕੀਦਾਰ ਰੱਖੇ ਜਾਣ। ਬੱਚੀ ਦੀ ਉਮਰ ਕਰੀਬ 12 ਸਾਲ ਜੀ। ਬੱਚੀ ਟਰੱਕ ਦੇ ਥੱਲੇ ਆ ਗਈ, ਜਿਹਦੀ ਵਜ੍ਹਾ ਨਾਲ ਉਹ ਜਮ੍ਹਾਂ ਕੁਛ ਨਹੀਂ ਗਈ ਅਤੇ ਮੌਕੇ 'ਤੇ ਹੀ ਮੌਤ ਹੋ ਗਈ। ਇੱਕ ਜਵਾਕ ਨੇ, ਕਿੰਨੇ ਜਵਾਕ ਮਰ ਗਏ, ਇਹ 10 ਮਿੰਟ ਜਿਹੜੇ ਮੈਡਮ ਡਰਾਮੇ ਕਰਦੇ ਨੇ, ਰੋਕ ਵਿਖਾ ਦੇਣਾ, ਪਰ ਇਹਨਾਂ ਦਾ ਸਿਲਸਿਲਾ ਹੀ ਰੱਖਣਾ, ਇਹਨਾਂ ਨੇ ਕੁਛ ਨਹੀਂ ਕਰਨਾ, ਅੱਗੇ ਵੀ ਜਵਾਕ ਮਰਾਦੇ ਰਹਿਣਗੇ, ਇਸ ਲਈ ਸਕੂਲ 'ਤੇ ਵੀ ਕਾਰਵਾਈ ਹੋਈ ਚਾਹੀਦੀ ਹੈ। ਇੰਦਰਪਾਲ ਹੈ ਜੀ। ਕਿਹੜੇ ਪਿੰਡ ਦੇ ਹੋ? ਕੋੜੀਆਂ ਵਾਲੀ। ਕੀ ਮਾਮਲਾ ਹੈਗਾ? ਮਾਮਲਾ ਕੁਝ ਨਹੀਂ ਜੀ, ਬੱਚੀ ਸਕੂਲ ਤੋਂ ਲੈ ਕੇ ਘਰੇ ਜਾ ਰਹੇ ਸੀ, ਮਗਰੋਂ ਟਰੱਕ ਵਾਲੇ ਦੀ ਸ਼ਰਾਬ ਪੀਤੀ ਸੀ, ਉਹਨੇ ਲਿਆ ਕੇ ਮਗਰੋਂ ਟਰੱਕ ਮਾਰਿਆ। ਮਾਰਨ ਦੇ ਕਾਰਨ ਬੱਚੀ ਟਰੱਕ ਦੇ ਥੱਲੇ ਆ ਗਈ, ਜਿਹਦੀ ਵਜ੍ਹਾ ਨਾਲ ਉਹ ਜਮ੍ਹਾਂ ਕੁਚਲੀ ਗਈ ਅਤੇ ਮੌਕੇ 'ਤੇ ਹੀ ਮੌਤ ਹੋ ਗਈ। ਬੱਚੀ ਦਾ ਕੀ ਨਾਂ ਜੀ? ਬੱਚੀ ਦਾ ਨਾਮ ਮਮਤਾ ਰਾਣੀ, ਪਿਤਾ ਦਾ ਨਾਂ ਲਕਸ਼ਮੀ ਨਾਰਾਇਣ। ਕਿੰਨੀ ਉਮਰ ਹੋਈ? ਬੱਚੀ ਦੀ ਉਮਰ ਕਰੀਬ 12 ਸਾਲ ਜੀ। ਕਿੰਨੇ ਵਜੇ ਆਸਾ ਹੈ? ਇਹ ਹੁਣੇ 2 ਵਜੇ ਛੁੱਟੀ ਹੋਈ ਹੈ ਜੀ, 2:15-2 ਵਜੇ ਦਾ, 3:15 ਵਜੇ ਦਾ ਟਾਈਮ ਹੈ। ਤਾਂ ਹਾਂ, ਵੱਡੇ ਬੱਚਿਆਂ ਨੂੰ 2:30 ਵਜੇ ਛੁੱਟੀ ਹੁੰਦੀ ਹੈ। ਇਹ ਸਕੂਲ 'ਤੇ ਵੀ ਪਰਚਾ ਹੋਣਾ ਚਾਹੀਦਾ ਹੈ, ਹਰੇਕ ਵਾਰੀ ਇਹਨਾਂ ਨੇ ਕਿੰਨੇ ਬੱਚੇ ਮਰਾਏ, ਇੰਨੀਆਂ ਫੀਸਾਂ ਲੈਂਦੇ ਨੇ, ਇੰਨਾ ਇਹਨਾਂ ਕੋਲ ਸਟਾਫ, ਇਹਨਾਂ ਦਾ ਇਹ ਫਰਜ਼ ਨਹੀਂ ਬਣਦਾ ਵੀ ਇਹ ਤੇ 2-4 ਵੀ ਇਹਨਾਂ ਦੇ ਜਿਹੜੇ ਚੌਕੀਦਾਰ ਰੱਖੇ ਜਾਣ, ਜਾਂ ਕਿ ਜੋ ਬੱਚਿਆਂ ਦੇ ਸਕੂਲ 'ਚ ਟਾਈਮ ਹੈਗਾ ਉਸ ਵੇਲੇ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ। ਜਦੋਂ ਜਵਾਕਾਂ ਦੀ ਛੁੱਟੀ ਹੋਵੇ ਉਸ ਵੇਲੇ 4 ਵਜੇ ਥੋੜ੍ਹਾ ਰੋਕ ਕੇ ਟ੍ਰੈਫਿਕ ਜਵਾਕਾਂ ਨੂੰ ਅਗਾ ਭੇਜਿਆ ਜਾਵੇ। ਇਹ ਸਕੂਲ 'ਤੇ ਵੀ ਨਾਲ ਪਰਚਾ ਹੋਣਾ ਚਾਹੀਦਾ, ਇੱਕ ਜਵਾਕ ਨਹੀਂ ਕਿੰਨੇ ਜਵਾਕ ਮਰ ਗਏ, ਇਹ 10 ਮਿੰਟ ਜਿਹੜੇ ਮੈਡਮ ਡਰਾਮੇ ਕਰਦੇ ਨੇ, ਰੋਕ ਵਿਖਾ ਦੇਣਾ, ਪਰ ਇਹਨਾਂ ਦਾ ਸਿਲਸਿਲਾ ਹੀ ਰੱਖਣਾ, ਇਹਨਾਂ ਨੇ ਕੁਛ ਨਹੀਂ ਕਰਨਾ, ਅੱਗੇ ਵੀ ਜਵਾਕ ਮਰਾਦੇ ਰਹਿਣਗੇ, ਇਸ ਲਈ ਸਕੂਲ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਇਹ ਸਰਵਤਕਾਰੀ ਕਹਿੰਦੇ ਪਿੰਡ ਸਕੂਲ ਹੈਗਾ, ਬਾਕੀ ਹੁਣ ਲੋਕਾਂ ਨੂੰ ਪਤਾ ਹੀ ਕਿਹੜਾ ਸਕੂਲ, ਮੈਂ ਸਰਵਤਕਾਰੀ ਕਹਿੰਦੇ ਪਿੰਡ ਹੈ। ਇਹ ਸਕੂਲ 'ਤੇ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਇਹਨਾਂ ਨੇ ਅੱਗੇ ਵੀ ਬੜੇ ਬੱਚੇ ਮਰਾਏ ਨੇ, ਇਹਨਾਂ ਨੇ ਕੁਝ ਨਹੀਂ ਕਰਨਾ, ਇਹ 4-10 ਮਿੰਟ 20 ਮਿੰਟ ਡਰਾਮਾ ਕਰਕੇ ਹਟ ਜਾਣਗੇ, ਜਿਨ੍ਹਾਂ ਦੇ ਜਵਾਕ ਗਿਆ ਉਹਨਾਂ ਸਾਰੀ ਉਮਰ ਜਵਾਕ ਗਿਆ ਚਲਾਏ। ਮੇਰਾ ਨਾਮ ਜਸਪਾਲ ਜੀ, ਮੇਰੇ ਸਰ ਇਸੇ ਲਾਈਨ 'ਤੇ ਮੇਰੀ ਦੁਕਾਨ, ਮੈਨੂੰ ਬੜਾ ਚਿਰ ਹੋ ਗਿਆ ਵੇਖਦਿਆਂ ਨੂੰ, ਮੈਂ ਇੱਕ ਨਹੀਂ ਕਈ ਜਵਾਕ ਵੇਖੇ ਸਕੂਲ ਦੇ ਮਰ ਚੁੱਕੇ ਨੇ ਜੀ, ਇਹਨਾਂ ਦੀ ਜੂਨ ਸਿਰ 'ਤੇ ਜੂਨ ਹੀ ਦਿਸਕ ਜੀ। ਅਸੀਂ ਭਗਵਾਨ ਚੰਦ ਲਾਨਾ ਥਾਣਾ ਸਿਟੀ ਫਾਜ਼ਿਲਕਾ ਤਨਾਤ। ਕੀ ਹਾਸ ਹੋਇਆ ਸਰ? ਸਾਨੂੰ ਸਲਾਹ ਮਿਲੀ ਸੀ ਕਿ ਇਸ ਤਰ੍ਹਾਂ ਜਿਹੜਾ ਸਿਟੀ ਗਾਰਡਨ ਦੇ ਪੈਲ ਦੇ ਸਾਹਮਣੇ ਸਰਵਿਸਕਾਰੀ ਸਕੂਲ ਦਾ ਬੱਚਾ ਕੋਈ ਫਿਰ ਵੀ ਐਕਸੀਡੈਂਟ ਕਾਰਨ ਮੌਤ ਹੋ ਗਈ ਹੈ, ਜਿਹਦੀ ਮੌਕੇ 'ਤੇ ਗਏ, ਮੌਕੇ 'ਤੇ ਜਾ ਕੇ ਹੁਣ ਡੈਡ ਬੋਡੀ ਮੋਰਚਰੀ 'ਚ ਰਖਾਈ ਗਈ ਹੈ, ਅੱਗੇ ਉਹਦੇ ਵਾਰਸਾਂ ਦੇ ਅਗਲੀ ਕਾਰਵਾਈ ਕਰ ਸਕੇ। ਫ੍ਰੀ ਸੇਵਾ, ਫ੍ਰੀ ਸਮਾਧਾਨ। ਵਿਦੇਸ਼ ਚ ਬੈਠੇ ਕਿਉਂ ਹੋ ਪਰੇਸ਼ਾਨ? ਤੰਤਰ ਮੰਤਰ, ਕਾਲੀ ਸ਼ਕਤੀ ਅਤੇ ਕਾਲੇ ਇਲਮ ਦੇ ਬੇਤਾਜ ਬਾਦਸ਼ਾਹ ਸਰਦਾਰ ਧਰਮਿੰਦਰ ਜੀਤ ਸਿੰਘ ਜੀ। ਮੇਰਾ ਕੀਤਾ ਹੋਇਆ ਚੱਲੇਗਾ 7 ਸਮੁੰਦਰ ਪਾਰ, ਕੋਈ ਅਜਿਹਾ ਤਾਲਾ ਨਹੀਂ ਜੋ ਖੁੱਲੇ ਨਾ। ਹਰ ਕੰਮ ਹੁੰਦਾ ਹੈ ਕਰਨ ਵਾਲਾ ਚਾਹੀਦਾ, ਹਰ ਸਮੱਸਿਆ ਦਾ ਸਮਾਧਾਨ 100% ਗਾਰੰਟੀ ਨਾਲ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ, ਸਪੈਸ਼ਲਿਸਟ ਵਸ਼ੀਕਰਨ ਕਰਨਾ ਜਾਂ ਤੁੜਵਾਉਣਾ, ਲਵ ਮੈਰਿਜ, ਲਾਟਰੀ ਨੰਬਰ, PR ਪ੍ਰੋਬਲਮ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ, ਸੱਸ ਨੂੰ ਪਤੀ ਪਤਨੀ ਵਿੱਚ ਅਣਬਣ, ਮਨ ਚਾਹਿਆ ਪਿਆਰ, ਬੱਚੇ ਕਹਿਣੇ ਤੋਂ ਬਾਅਦ ਘਰ ਵਿੱਚ ਕਲੇਸ਼, ਤੁਹਾਡਾ ਕੋਈ ਭੈਣ ਭਰਾ, ਪਤੀ ਪਤਨੀ, ਪ੍ਰੇਮੀ ਪ੍ਰੇਮਿਕਾ ਕਿਸੇ ਦੇ ਵਸ ਵਿੱਚ ਹੈ, ਉਸ ਨੂੰ ਬਾਹਰ ਕੱਢਣ ਲਈ ਤੁਰੰਤ ਸੰਪਰਕ ਕਰੋ ਸਰਦਾਰ ਧਰਮਿੰਦਰਜੀਤ ਸਿੰਘ ਜੀ ਨਾਲ 9878484826।